ਕਿਸਾਨ ਵੱਲੋਂ ਦੇਸ਼ ਦੀ ਤਰੱਕੀ ਲਈ ਅਤੇ ਦੇਸ਼ ਨੂੰ ਮਾਣ ਦਿਵਾਉਣ ਲਈ ਹਰ ਖੇਤਰ ਵਿੱਚ ਭਰਵਾਂ ਯੋਗਦਾਨ ਪਾਇਆ ਜਾਂਦਾ ਹੈ ਭਾਵੇਂ ਖੇਤਾ ਅਤੇ ਖੇਤੀ ਪੈਦਾਵਾਰ ਰਹੀ ਹੋਵੇ ਜਾਂ ਫਿਰ ਹੱਦਾਂ ਸਰਹੱਦਾਂ 'ਤੇ ਦੇਸ਼ ਦੀ ਰਾਖੀ ਲਈ ਹੋਵੇ ਕਿਸਾਨ ਅਤੇ ਕਿਸਾਨ ਦਾ ਪਰਿਵਾਰ ਹਮੇਸ਼ਾ ਮੂਰੇ ਹੀ ਰਹਿੰਦਾ ਹੈ ਇਹੋ ਜਹੀ ਇੱਕ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਕਿ ਸਾਡੇ ਦੇਸ਼ ਤੇ ਇੱਕ ਛੋਟੇ ਜਿਹੇ ਪੱਧਰ ਉਤੇ ਖੇਤੀ ਕਰਨ ਵਾਲੇ ਕਿਸਾਨ ਦੀ ਬੇਟੀ ਨੇ ਦੇਸ਼ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ। ਬਿਹਾਰ ਸੂਬੇ ਦੇ ਇੱਕ ਗਰੀਬ ਕਿਸਾਨ ਦੀ ਬੇਟੀ ਨੇ ਨਿਊਜ਼ੀਲੈਂਡ ਦੇਸ਼ ਵਿੱਚ ਹੋਈ ਜੂਨੀਅਰ ਕਾਮਨਵੈਲਥ ਚੈਂਪੀਅਨਸ਼ਿਪ ਖੇਡਾਂ ਵਿੱਚ 6 골ਡ ਮੈਡਲ। ਜੀ ਹਾਂ ਤੁਸੀਂ ਸਹੀ ਸੁਣਿਆ 6 ਸੋਨੇ ਦੇ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਬੀਤੇ ਦਿਨ ਇਹ ਲੜਕੀ ਜਦੋਂ ਭਾਰਤ ਵਾਪਸ ਆਈ ਹੈ ਤਾਂ ਇਸ ਦਾ ਬਹੁਤ ਭਰਮਾ ਸਵਾਗਤ ਕੀਤਾ ਗਿਆ। ਇਸ ਪ੍ਰਤਿਭਾਸ਼ਾਲੀ ਲੜਕੀ ਦਾ ਨਾਮ ਹੈ ਕ੍ਰਿਤੀ ਰਾਜ ਸਿੰਘ ਜੋ ਕਿ ਬਿਹਾਰ ਦੇ ਪਟਨਾ ਦੀ ਇਤਿਹਾਸਿਕ ਧਰਤੀ ਦੀ ਵਸਨੀਕ ਹੈ ਅਤੇ ਉਥੋਂ ਉਸ ਨੇ ਸ਼ਾਨਦਾਰ ਤਿਆਰੀ ਕਰਦੇ ਹੋਏ ਬੜੀ ਮਿਹਨਤ ਨਾਲ ਇਸ ਮੁਕਾਮ ਤੱਕ ਪਹੁੰਚ ਕੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਪਾਵਰ ਲਿਫਟਿੰਗ ਵਰਗੀ ਇੱਕ ਮਜ਼ਬੂਤ ਅਤੇ ਤਕੜੇ ਧ੍ਰਿੜ ਇਰਾਦੇ ਵਾਲੀ ਖੇਡ ਵਿੱਚ ਉਸ ਨੇ ਕੁੱਲ ਮਿਲਾ ਕੇ 6 골ਡ ਮੈਡਲ ਦੇਸ਼ ਦੀ ਝੋਲੀ ਪਾਏ ਨੇ। ਕ੍ਰਿਤੀ ਰਾਜ ਸਿੰਘ ਨੇ ਇਹਨਾਂ ਖੇਡਾਂ ਦੌਰਾਨ ਯਾਨੀ ਜੂਨੀਅਰ ਕਾਮਨਵੈਲਥ ਖੇਡਾਂ ਜੋ ਕਿ ਨਿਊਜ਼ੀਲੈਂਡ ਵਿਖੇ ਹੋਈਆਂ ਉਨਾ ਵਿੱਚ ਖੇਡਦਿਆਂ 57 ਕਿਲੋਗ੍ਰam ਭਾਰ ਵਰਗ ਵਿੱਚ ਸਭ ਜੂਨੀਅਰ ਕੈਟਾਗਰੀ ਵਿੱਚ ਕੁੱਲ 6 골ਡ ਮੈਡਲ ਜਿੱਤੇ ਨੇ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਕਮਾਂਤਰੀ ਪੱਦਰ ਦੇ ਖਿਡਾਰੀਆਂ ਦੇ ਨਾਲ ਖੇਡਦੇ ਹੋਏ ਉਹਨਾਂ ਦਾ ਮੁਕਾਬਲਾ ਕਰਦੇ ਹੋਏ ਇਸ ਗਰੀਬ ਕਿਸਾਨ ਦੀ ਧੀ ਨੇ ਅੰਤਰਰਾਸ਼ਟਰੀ ਪੱਦਰ ਉੱਤੇ ਆਪਣਾ ਨਾਂ ਅਤੇ ਦੇਸ਼ ਦਾ ਨਾਂ ਚਮਕਾਇਆ ਹੈ ਇਸ ਨੌਜਵਾਨ ਖਿਡਾਰਨ ਦਾ ਕਹਿਣਾ ਕਿ ਉਸਨੇ ਕਾਲਜ ਦੇ ਦਿਨਾਂ ਦੌਰਾਨ ਹੀ ਖੇਡ ਦੇ ਨਾਲ ਜੁੜਨਾ ਸ਼ੁਰੂ ਕੀਤਾ ਪਾਵਰ ਲਿਫਟਿੰਗ ਵਰਗੀ ਇੱਕ ਖੇਡ ਦੇ ਵਿੱਚ ਉਸਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਅਤੇ ਆਪਣੇ ਕਿਸਾਨ ਪਰਿਵਾਰ ਮਾਤਾ ਪਿਤਾ ਅਤੇ ਨਜ਼ਦੀਕੀਆਂ ਕੋਲੋਂ ਮਿਲੇ ਸਮਰਥਨ ਸਦਕਾ ਉਹ ਇਸ ਖੇਡ ਦੇ ਵਿੱਚ ਅੱਗੇ ਵਧਦੀ ਗਈ ਅਤੇ ਹੁਣ ਅੰਤਰਰਾਸ਼ਟਰੀ ਪੱਧਰ ਉੱਤੇ ਸੋਨੇ ਦੇ ਮੈਡਲ ਜਿੱਤ ਕੇ ਉਸਨੇ ਦੇਸ਼ ਦਾ ਮਾਣ ਵਧਾਇਆ ਹੈ ਇਸ ਨੌਜਵਾਨ ਖਿਡਾਰਨ ਦਾ ਇਹ ਵੀ ਮੰਨਣਾ ਹੈ ਕਿ ਉਸ ਨੇ ਭਾਵੇਂ ਸੋਨੇ ਦੇ ਮੈਡਲ ਜਿੱਤ ਲਏ ਨੇ ਪਰ ਦੇਸ਼ ਵਿੱਚ ਇੱਕ ਤੋਂ ਵੱਧ ਕੇ ਇੱਕ ਬਿਹਤਰੀਨ ਖਿਡਾਰੀ ਮੌਜੂਦ ਨੇ ਖਾਸ ਕਰ ਪਿੰਡਾਂ ਵਾਲੇ ਪਾਸੇ ਮੌਜੂਦ ਨੇ ਜਿਨ੍ਹਾਂ ਨੂੰ ਬਹੁਤੀ ਵਾਰ ਬਣਦਾ ਅਤੇ ਟੁਕਮਾ ਮੌਕਾ ਨਹੀਂ ਮਿਲਦਾ ਕ੍ਰਿਤੀ ਰਾਜ ਸਿੰਘ ਦਾ ਕਹਿਣਾ ਹੈ ਕਿ ਇਹੋ ਜਿਹੇ ਖਿਡਾਰੀਆਂ ਨੂੰ ਜੋ ਪਿੰਡਾਂ ਵਿੱਚ ਦੂਰ ਦਰਾਡੇ ਦੇ ਇਲਾਕਿਆਂ ਵਿੱਚੋਂ ਵੱਸਦੇ ਨੇ ਉਹਨਾਂ ਨੂੰ ਮੋਹਰੇ ਲਿਆ ਕੇ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਹੀ ਸਾਡਾ ਦੇਸ਼ ਖੇਡਾਂ ਵਿੱਚ ਖਾਸ ਕਰ ਓਲੰਪਿਕ ਵਾਲੇ ਪਾਸੇ ਵੀ ਵੱਡੀਆਂ ਪ੍ਰਾਪਤੀਆਂ ਕਰਨ ਦੇ ਯੋਗ ਹੋ ਸਕੇਗਾ ਫਿਰ ਹਾਲ ਬਿਹਾਰ ਸੂਬੇ ਵਿੱਚ ਕਾਫੀ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਕਿ ਉਥੋਂ ਦੇ ਇੱਕ ਗਰੀਬ ਕਿਸਾਨ ਪਰਿਵਾਰ ਦੀ ਧੀ ਨੇ ਅੰਤਰਰਾਸ਼ਟਰੀ ਪੱਧਰ ਉੱਤੇ 6 ਮੈਡਲ ਜਿੱਤ ਕੇ ਦੇਸ਼ ਲਈ ਇੱਕ ਨਵਾਂ ਮੁਕਾਮ ਸਿਰਜਾਇਆ